ਇਹ ਹੋਟਲ ਐਚ ਡੀ ਨਦੀ ਦੇ ਕਿਨਾਰੇ ਤੇ ਉਹਦਾ ਹਾਲ ਆ ਦੇਖ ਲਓ, ਪਾਣੀ ਉਹਦੇ ਹੋਟਲ ਦੇ ਮੂਹਰੇ ਕਿੱਦਾਂ ਚੱਲਦਾ ਪਿਆ। ਬਾਕੀ ਅੱਗੇ ਬੱਸ ਸਟੈਂਡ ਵਾਲੀ ਸੜਕ ਆ ਉਹ ਜਿਹੜੀ ਬਾਈਪਾਸ ਵਾਲੀ। ਅਪਾਰਟਮੈਂਟ 'ਚ ਰਾਹਤ ਕਰੀ ਜਾ ਰਹੀ ਹੈ, ਖਾਣੇ ਦੇ ਪ੍ਰਬੰਧ ਕਰਿਆ ਜਾ ਰਿਹਾ। ਬਾਕੀ ਕਈ ਲੋਕ ਔਰ ਤੋਂ ਸੇਫ ਜਗ੍ਹਾ ਜਾ ਰਹੇ ਨੇ। ਉਹ ਸੈਟਿੰਗ ਕਰ ਰਹੇ ਹੋਣੇ ਹੈ ਨਾ, ਸਾਈਡ ਵਾਲੇ ਸਾਰੇ ਡੁੱਬੇ ਪਏ ਨੇ। ਆਹ ਪਾਣੀ ਕਿੰਨਾ ਹੋਵੇ। ਇਹ ਨਵੇਂ ਬੱਸ ਸਟੈਂਡ ਜਾਂਦਾ ਬਾਈਪਾਸ, ਇਹ ਗੁਰਦੁਆਰਾ ਸ੍ਰੀ ਸਿੰਘ ਸਭਾ ਫੇਸ 2। ਇਹ ਦੇਖੋ ਪਾਣੀ ਘਰਾਂ 'ਚ ਕਿੰਨਾ ਕਿੰਨਾ।
ਕਿਲੋਮੀਟਰ ਦਾ ਘਰ ਹੈ ਇਧਰ ਨਾਲ ਲੋਕਾਂ ਦਾ ਸਮਾਨ ਲਿਆਇਆ ਜਾ ਰਿਹਾ ਸਹੀ ਜਗ੍ਹਾ ਤੇ। ਹੌਲੀ ਆਖਰ ਨੂੰ ਲਾਸਟ ਟਾਈਮ ਦੇ ਪਿੰਡਾਂ ਵਾਲੇ ਬੰਦੇ ਫਿਰ ਵੀ ਮਦਦ ਕਰਦੇ ਨੇ। ਦੇਖ ਲਓ ਪਾਣੀ ਕਿੰਨਾ ਅਰਬਨ ਸਟੇਟ। ਇਹ ਜੀ ਬੱਸ ਸਟੈਂਡ ਦੇ ਬੈਕ ਸਾਈਡ ਦਾ ਏਰੀਆ ਜਿਹੜਾ ਕਿ ਬਹੁਤ ਜ਼ਿਆਦਾ ਹੀ ਪ੍ਰਭਾਵਿਤ ਹੋਇਆ। ਵੱਡੀ ਨਦੀ ਨੇ ਸਭ ਤੋਂ ਵੱਧ ਪ੍ਰਭਾਵਿਤ ਇਸ ਏਰੀਏ ਨੂੰ ਕੀਤਾ। ਕਿਹੇ ਕਿ ਟਰੈਕਟਰ ਮਾਰਕੀਟ ਆਪਣੀ ਪਟਿਆਲੇ ਦੀ ਤੁਸੀਂ ਦੇਖ ਰਹੇ SS ਪਟਿਆਲਾ TV। NDRF ਵਾਲੇ ਲੱਗੇ ਹੋਏ ਆ ਲਗਾਤਾਰ। ਪਿੰਡਾਂ ਵਾਲੇ ਬੰਦੇ ਲੱਗੇ ਹੋਏ ਨੇ ਲਗਾਤਾਰ ਮਦਦ ਕਰਨ ਲਈ ਸਾਰਿਆਂ ਦੀ। ਚੱਲੀਏ
ਬੜਾ ਪਾਣੀ ਆਇਆ ਉਧਰ ਨਦੀ ਦਾ। ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਜੀ ਦੇਖੋ ਨਵੇਂ ਦੇ ਨਵੇਂ ਘਰ ਡੁੱਬੇ ਪਏ ਨੇ ਇਹ ਪਾਣੀ ਹਜੇ ਵੀ ਚੱਲ ਰਿਹਾ ਜੀ। ਬੱਸ ਸਟੈਂਡ ਬੱਤੀਆਂ ਦਾ ਚੌਂਕ ਕੋਈ ਨਾ।